ਧਾਗੇਵਾਦਿਆਂ ਦੱਸਦੀ ਹੈ ਕਿ ਐਸਸੀਪੀਸੀ ਮੈਂਬਰਾਂ ਵੱਲੋਂ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖੀ ਗਈ ਤੇ ਪਲਟਵਾਰ ਕਰਦਿਆਂ ਹੁਣ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਚਿੱਠੀ ਲਿਖਣ ਦੀ ਕੀ ਲੋੜ ਸੀ। ਸੰਘ ਇੱਕ ਸਮਾਜਿਕ ਸੰਸਥਾ ਹੈ, ਇਹ ਕਦੇ ਵੀ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦਾ ਅਤੇ ਨਾ ਹੀ ਭਾਜਪਾ ਜਿਹਾ ਕੰਮ ਕਰਦੀ ਹੈ। ਮੈਂ ਸਮਝਦਾ ਕਿ ਉਹ ਲਿਖਣ ਦੀ ਕੋਈ ਜ਼ਰੂਰਤ ਨਹੀਂ ਸੀ। ਪਹਿਲੀ ਗੱਲ ਤਾਂ ਰਾਸ਼ਟਰੀ ਸਵੰਮ ਸੇਵਕ ਸੰਘ ਇੱਕ ਸਮਾਜਿਕ ਸੰਸਥਾ, ਉਹ ਕਿਸੇ ਵੀ ਦੇ ਵੀ ਧਾਰਮਿਕ ਮਾਮਲਾ ਨਹੀਂ ਦਖਲ ਨਹੀਂ। ਹੁਣ ਜਿਹੜੇ ਸਿੱਖ ਨੇ ਉਹ ਅਗਰ ਬੀਜੇਪੀ 'ਚ ਨੇ, ਸਿੱਖ ਆਮ ਆਦਮੀ 'ਚ ਵੀ ਨੇ, ਸਿੱਖ ਆਰਐਸਐਸ 'ਚ ਵੀ ਨੇ, ਸਿੱਖ ਕਿਸੇ ਹੋਰ ਦਲ 'ਚ ਵੀ ਨੇ, ਸਿੱਖ ਇਹਨਾਂ ਪਾਰਟੀਆਂ ਤੋਂ ਬਿਨਾਂ ਵੀ ਨੇ, ਉਹ ਤਾਂ ਆਪਣੇ ਧਰਮ ਬਾਰੇ ਸੋਚਣ ਦਾ ਅਧਿਕਾਰ ਉਹਨਾਂ ਨੂੰ ਹੈ ਜਾਂ ਨਹੀਂ ਹੈ। ਅਤੇ ਇਸ ਕਰਕੇ ਉਹ ਆਪਣੇ ਤਰੀਕੇ ਨਾਲ ਸੋਚਦੇ ਆ ਅਤੇ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਆਪਣੇ ਪਾਰਟੀ ਨੂੰ, ਆਪਣੇ ਸੰਗਠਨ ਨੂੰ। ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਸੰਭਾਲ ਕੇ ਰੱਖੇ, ਸਾਨੂੰ ਉਹਨਾਂ ਨਾਲ ਕੋਈ ਤਾਲੁਕ ਨਹੀਂ।